ਕੋਸਾ ਵਿਧਿਰਾਤਿਕ ਰੇਡ ਕੀਤੀ ਆ ਉਹ ਦੱਸ ਦਿਓ ਜੀ ਕੀ ਉੱਥੇ ਦੇਖਿਆ ਤੇ ਕੀ ਇਨਫੋਰਮੇਸ਼ਨ ਸੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਾਲ ਰੋਡ ਤੇ ਇਰੀਸ਼ ਸਪੀਚ ਨਾਮ ਦਾ ਰੈਸਟੋਰੈਂਟ ਆ ਜਿੱਥੇ ਇਸ ਦੇ ਦੋ ਮਾਲਕ ਨੇ ਇੱਕ ਜਤਿੰਦਰ ਵਰਮਾ ਦੂਸਰਾ ਪ੍ਰਿੰਸ ਮਲੂਤਰਾ ਇਹਨਾਂ ਵੱਲੋਂ ਆਪਣੇ 바ਰ ਦੇ ਵਿੱਚ ਬਿਨਾਂ ਕਿਸੇ ਲਾਇਸੈਂਸ ਤੇ दारू ਵੀ ਪੀਈ ਜਾਂਦੀ ਹੈ ਤੇ ਦੂਸਰਾ ਇੱਥੇ ਹੁੱਕਿਆਂ ਦਾ ਵੀ ਕਾਫੀ ਕੰਮ ਚੱਲ ਰਿਹਾ ਵਾ ਤੇ ਹੁੱਕੇ ਨਵਾਲਕ ਤੇ ਕੁਛ ਨਵਾਲਕ ਵੀ ਉੱਥੇ ਇਸ ਚੀਜ਼ ਦਾ ਸੇਵਨ ਕਰ ਰਹੇ ਨੇ ਜਦੋਂ ਅਸੀਂ ਮੌਕੇ ਤੇ ਰੇਡ ਕੀਤੀ ਤਾਂ ਸਾਨੂੰ ਉੱਥੇ ਚਲਦੀ ਹਾਲਤ ਦੇ ਵਿੱਚ 17 ਓਕੇ ਤੇ ਦੋ ਨਵਾਲਕ ਲੜਕੇ ਵੀ ਮਿਲੇ ਜਿਨ੍ਹਾਂ ਦੀ ਉਮਰ ਕਰੀਬ 14 ਤੋਂ 15 ਸਾਲ ਸੀ ਤੇ ਕਰੀਬ 7ਵੀਂ ਇੱਕਲਾ 7ਵੀਂ ਕਲਾਸ ਦਾ ਪੜਨ ਵਾਲਾ ਸੀ 9ਵੀਂ ਕਲਾਸ ਦਾ ਪੜਨ ਵਾਲਾ ਸੀ ਇਸ ਤੋਂ ਬਾਅਦ ਜਦੋਂ ਅਸੀਂ ਉੱਥੇ ਬਾਰ ਦੀ ਭਾਰਤੀ ਇਨਸਪੈਕਸ਼ਨ ਕੀਤੀ ਤਾਂ ਸਾਨੂੰ ਉੱਥੋਂ ਵਿਸਕੀ ਦੀਆਂ ਕਰੀਬ 8 ਬੋਤਲਾਂ ਤੇ 20 ਦੇ ਕਰੀਬ ਵੀਰਾਂ ਦੀਆਂ ਬੋਤਲਾਂ ਮਿਲੀਆਂ ਤੇ ਸਾਨੂੰ ਮੈਨੇਜਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਪੇਸ਼ ਨਹੀਂ ਕਰ पाए ਤੇ ਇਸ ਤੋਂ ਬਾਅਦ ਅਸੀਂ ਦੋਨੋਂ ਮਾਲਕਾਂ ਤੇ ਉੱਥੋਂ ਦੇ ਮੈਨੇਜਰ ਗ੍ਰੀਸ ਅਰੋੜਾ ਤੇ ਉੱਥੋਂ ਦਾ ਜੋ ਬੌਂਸਰ ਸੀ ਸੰਦੀਪ ਸਿੰਘ ਇਹਨਾਂ ਚਾਰਾਂ ਦੇ ਖਿਲਾਫ ਬੰਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਸਿਵਲ ਸੂਇਨਸ ਵਿਖੇ ਪਰਚਰ ਰਿਜਿਸਟਰ ਕੀਤਾ ਜੀ ਸਰ ਜਿਹੜੇ ਕਿੰਨੇ ਕੁ ਉਥੇ ਬੱਚੇ ਜਾਂ ਕੁੱਲ ਕਿੰਨੇ ਸਨ ਉੱਥੇ ਕਾਫੀ ਜੀ 40 ਤੋਂ 50 ਦੇ ਕਰੀਬ ਲੋਕ ਸਨ ਜੋ ਇਸਨੂੰ ਜਨ ਸੇਵਨ ਕਰ ਰਹੇ ਸਨ ਤੇ ਇਸ ਤੋਂ ਬਾਅਦ ਅਸੀਂ ਜੋ ਉੱਥੇ ਕੁਝ ਇਨਡਿਸੈਂਟ ਕਪੜੇ ਪਹਿਨਾ ਕੇ ਲੜਕੀਆਂ ਦਾ ਵੀ ਡਾਂਸ ਕਰਵਾਇਆ ਜਾ ਰਿਹਾ ਸੀ ਐਂਡ ਉੱਥੇ ਜੋ ਨਵਾਲਕ ਬੱਚੇ ਸੀ ਉਹਨਾਂ ਦੇ ਤਹਿਤ ਅਸੀਂ ਐਕਸਾਈਜ ਐਕਟ ਦੇ ਤਹਿਤ ਤੇ ਦੂਸਰਾ ਸਿਗਰਟਸ ਐਂਡ ਤਬਾਕੂ ਪ੍ਰੋਡਕਟਸ ਐਕਟ ਦੇ ਤਹਿਤ ਤੇ ਜੋ ਨਵਾਲਕਾਂ ਨੂੰ ਹੁੱਕਾ ਪੁਲਾ ਰਹੇ ਸੀ ਉਹ ਜੁਵਨਲ ਜਸਟਿਸ ਐਕਟ ਦੇ ਤਹਿਤ ਚਾਰਾਂ ਦੇ ਖਿਲਾਫ ਇੱਕ ਮੁਕੱਦਮਾ ਰਜਿਸਟਰ ਕੀਤਾ ਜੀ ਥੈਂਕ ਯੂ ਥੈਂਕ ਯੂ